ਦੋਸਤੋ ਆਪਾਂ ਪਿਛਲੇ 2 ਸਾਲ ਤੋਂ ਦੇਖਦੇ ਆ ਰਹੇ ਹਾਂ ਕਿ ਦੁਨੀਆ ਭਰ ਦੇ ਲੋਕ ਜਿਹੜੇ ਹੈਗੇ ਆ ਉਹ ਕੋਰ ਮੁਸ਼ਕਲਾਂ ਦੇ ਦੌਰ ਦੇ ਵਿੱਚੋਂ ਨਿਕਲ ਰਹੇ ਆ ਪਹਿਲਾਂ ਕਰੋਨਾ ਸੰਕਟ ਦੇ ਕਾਰਨ ਦੁਨੀਆ ਭਰ ਦੇ ਲੋਕਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਗਈਆਂ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਮਹਿੰਗਾਈ ਵਧੀ ਤਾਂ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਦੁਨੀਆ ਭਰ ਦੇ ਲੋਕਾਂ ਨੇ ਝੱਲੀਆਂ ਉਸ ਤੋਂ ਬਾਅਦ ਜਿਹੜੀ ਯੂਕਰੇਨ ਜੰਗ ਆ ਯੂਕਰੇਨ ਜੰਗ ਦੇ ਦੌਰਾਨ ਜਿਹੜੀਆਂ ਸੈਂਕਸ਼ਨਜ਼ ਲੱਗੀਆਂ ਨੇ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਟ੍ਰੇਡ ਅਫੈਕਟ ਹੋਇਆ ਹੈਗਾ ਤੇ ਉਹਦਾ ਅਸਰ ਆਪਾਂ ਦੇਖ ਰਹੇ ਹਾਂ ਕਿ ਦੁਨੀਆ ਭਰ ਦੇ ਲੋਕਾਂ ਦੇ ਉੱਤੇ ਮਹਿੰਗਾਈ ਦੇ ਰੂਪ ਦੇ ਵਿੱਚ ਪੈ ਰਿਹਾ ਜਿੱਥੇ ਤੇਲ ਦੀਆਂ ਕੀਮਤਾਂ ਦੇ ਵਿੱਚ ਬੇਥਾ ਵਾਧਾ ਹੋਇਆ ਹੈਗਾ ਤੇ ਜਿਹੜਾ ਰੁਕਣ ਦਾ ਨਾਂ ਨਹੀਂ ਲੈਂਦਾ ਉਹਦੇ ਨਾਲ-ਨਾਲ ਜਿਹੜੀਆਂ ਹੋਰ ਜ਼ਰੂਰੀ ਵਸਤਾਂ ਹੈਗੀਆਂ ਨੇ ਉਹਦੇ ਵਿੱਚ ਵੀ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਜਿਹੜਾ ਹੋਇਆ ਤੇ ਉਹ ਜੰਗ ਦਾ ਬੋਝ ਜਿਹੜਾ ਹੈਗਾ ਉਹ ਦੁਨੀਆ ਭਰ ਦੇ ਲੋਕਾਂ ਦੇ ਆਮ ਲੋਕਾਂ ਦੇ ਉੱਪਰ ਪਿਆ ਹੈਗਾ ਇਸ ਸਮੇਂ ਦੇ ਦੌਰਾਨ ਜਦੋਂ ਇਹ ਸਾਰੇ ਸੰਕਟ ਦੇ ਵਿੱਚੋਂ ਦੁਨੀਆ ਨਿਕਲ ਨੰਗ ਰਹੀ ਹੈਗੀ ਆ ਬਹੁਤ ਸਾਰੇ ਜਿਹੜੇ ਪਛੜੇ ਮੁਲਕ ਹੈਗੇ ਨੇ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਨੇ ਮਹਿੰਗਾਈ ਹੈ ਉੱਥੇ ਬੇਰੁਜ਼ਗਾਰੀ ਹੈ ਤਾਂ ਇਹ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਇੱਕ ਰਿਪੋਰਟ ਜਿਹੜੀ ਹੈਗੀ ਆ ਨਵੀਂ ਸਾਹਮਣੇ ਆਈ ਫੋਰਬਸ ਦੀ ਉਹਦੇ ਵਿੱਚ 2022 ਦੀ ਜਿਹੜੀ ਫੋਰਬਸ ਦੀ ਰਿਪੋਰਟ ਆ ਉਹਦੇ ਵਿੱਚ 75 ਮੁਲਕਾਂ ਦੇ ਜਿਹੜੇ 2668 ਅਰਬਪਤੀ ਨੇ ਉਹਨਾਂ ਦੀ ਜਾਇਦਾਦ ਦੇ ਕੁੱਲ ਸੰਪਤੀ ਦੇ ਜਿਹੜੇ ਹੈਗੇ ਨੇ ਉਹ ਅ ਅੰਕੜੇ ਉਹਨਾਂ ਨੇ ਸਾਹਮਣੇ ਉਹ ਸਾਹਮਣੇ ਲੈ ਕੇ ਆਂਦੇ ਆ ਉਹਦੇ ਵਿੱਚ ਜਿਹੜੇ ਟਾਪ 10 ਨੇ ਤਾਂ ਟਾਪ 10 ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਲੌਨ ਮਸਕ ਟੈਸਲਾ ਤੇ ਸਪੇਸ ਐਕਸ ਗਰੁੱਪ ਕੰਪਨੀ ਦਾ ਮਾਲਕ ਹੈਗਾ ਇਸ ਤੋਂ ਬਿਨਾ ਜਿਹੜੇ ਬਾਕੀ ਗੂਗਲ ਮਾਈਕਰੋਸਾਫਟ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਉਹਦੇ ਉਹਦੇ ਮਾਲਕ ਜਿਹੜੇ ਹੈਗੇ ਨੇ ਉਹਨਾਂ ਦੀ ਜਾਇਦਾਦ ਦਾ ਉਹਨਾਂ ਨੇ ਇੱਕ ਪੂਰਾ ਲਿਸਟ ਜਿਹੜੀ ਹੈਗੀ ਜਾਰੀ ਕੀਤੀ ਹੈ ਜਿਹਦੇ ਵਿੱਚੋਂ ਭਾਰਤ ਦੇ ਵਿੱਚੋਂ ਮੁਕੇਸ਼ ਅੰਬਾਨੀ 10ਵੇਂ ਨੰਬਰ ਤੇ ਨੇ ਤੇ ਗੌਤਮ ਅਡਾਨੀ ਜਿਹੜੇ ਹੈਗੇ ਨੇ ਉਹ 11ਵੇਂ ਨੰਬਰ ਤੇ ਨੇ ਤਾਂ ਇਹ ਜਿਹੜੀ ਇਹਦੇ ਵਿੱਚੋਂ 26068 ਅਰਬਪਤੀ ਨੇ ਦੁਨੀਆ ਭਰ ਦੇ ਇਹਨਾਂ ਦੀ ਜਾਇਦਾਦ ਦੇ ਵਿੱਚ ਬੇਸ਼ੁਮਾਰ ਵਾਧਾ ਜਿਹੜਾ ਹੈਗਾ ਉਹ ਹੋਇਆ ਇਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਹਦੇ ਵਿੱਚੋਂ ਦਿਖਾਇਆ ਦਿਖਾਇਆ ਜਾ ਰਿਹਾ ਵੀ ਜਿਹੜੇ ਰੂਸ ਦੇ ਓਲੀਗਾਰਕ ਹੈਗੇ ਨੇ ਕਿਉਂਕਿ ਸੈਂਕਸ਼ਨਸ ਲੱਗਣ ਕਰਕੇ ਉਹ ਸਿਰਫ ਤੇ ਸਿਰਫ ਉਹਨਾਂ ਦੀ ਜਾਇਦਾਦ ਹੈਗੀ ਆ ਉਹ ਥੱਲੇ ਨੂੰ ਗਈ ਆ ਇਹ ਤੋਂ ਬਿਨਾ ਜਿਹੜੇ ਬਾਕੀ ਦੇ ਅਰਬਪਤੀ ਨੇ ਉਹਨਾਂ ਦੀ ਜਾਇਦਾਦ ਦੇ ਵਿੱਚ ਵਾਧਾ ਹੋਇਆ ਜਦਕਿ ਦੂਜੇ ਪਾਸੇ ਜਿਹੜੀ ਲੋਕ ਲੋਕਾਂ ਦੀ ਹਾਲਤ ਹੈਗੀ ਆ ਉਹ ਹੇਠਾਂ ਵੱਲ ਨੂੰ ਗਈ ਆ ਲੋਕਾਂ ਦਾ ਜੀਵਨ ਪੱਧਰ ਹੇਠਾਂ ਵੱਲ ਨੂੰ ਗਿਆ ਉਹਨਾਂ ਨੇ ਤੰਗੀਆਂ ਤੁਰਸ਼ੀਆਂ ਦੇ ਵਿੱਚ ਜ਼ਿੰਦਗੀ ਦਾ ਗੁਜ਼ਾਰਾ ਕੀਤਾ ਤੇ ਇਹਨਾਂ ਅਰਬਪਤੀਆਂ ਦੀ ਜਾਇਦਾਦ ਦੇ ਵਿੱਚ ਬੱਧਾ ਹੋਇਆ ਇਹਦੇ ਵਿੱਚੋਂ ਇੱਕ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਹੈਗਾ ਏਸ਼ੀਆ ਦੇ ਵਿੱਚੋਂ ਏਸ਼ੀਆ ਪੈਸਿਫਿਕ ਦੇ ਵਿੱਚੋਂ 1088 ਅਰਬਪਤੀ ਨੇ ਯੂਐਸ ਜਿਹੜਾ ਹੈਗਾ ਉਹਦੇ ਵਿੱਚ ਉਹ ਨੰਬਰ 1 ਦੇ ਆ ਉਹਦੇ ਵਿੱਚ 735 ਅਰਬਪਤੀ ਨੇ ਜਿਨ੍ਹਾਂ ਦੀ ਕੁੱਲ ਜਾਇਦਾਦ ਜਿਹੜੀ ਹੈਗੀ ਆ ਟੋਟਲ ਉਹ 4.7 ਟ੍ਰਿਲੀਅਨ ਡਾਲਰ ਅਮਰੀਕਨ ਬਣਦੀ ਆ ਅ ਇਸ ਤੋਂ ਬਿਨਾਂ ਯੂਰਪ ਦੇ ਵਿੱਚ 592 ਅਰਬਪਤੀ ਉਸ ਲਿਸਟ ਦੇ ਵਿੱਚ ਆਏ ਨੇ ਅ ਦੂਜੇ ਨੰਬਰ ਦੇ ਉੱਤੇ ਜਿਹੜਾ ਹੈਗਾ ਚਾਈਨਾ ਚਾਈਨਾ ਦੇ ਵਿੱਚ 539 ਅਰਬਪਤੀਆਂ ਦੀ ਦੀ ਜਿਹੜੀ ਨੈਟਵਰਥ ਹੈਗੀ ਆ ਉਹ ਲਗਭਗ 2 ਟ੍ਰਿਲੀਅਨ ਡਾਲਰ ਜਿਹੜੀ ਹੈਗੀ ਆ ਬਣਦੀ ਆ ਉਹ ਸਾਹਮਣੀ ਆ ਹੈਰਾਨੀਜਨਕ ਗੱਲ ਇਹ ਆ ਵੀ ਤੀਜੇ ਨੰਬਰ ਦੇ ਉੱਤੇ ਜਿਹੜਾ ਹੈਗਾ ਉਹ ਭਾਰਤ ਦਾ ਨਾਂ ਆਉਂਦਾ ਹੈਗਾ ਭਾਰਤ ਦੇ ਵਿੱਚ 166 ਜਿਹੜੇ ਅਰਬਪਤੀ ਨੇ ਉਹਨਾਂ ਦੀ ਜਾਇਦਾਦ ਜਿਹੜੀ ਉਹਨਾਂ ਦੀ ਨੈਟਵਰਥ ਆ ਉਹ ਕੰਪਨੀਆਂ ਦੇ ਮਾਲਕ ਜਿਹੜੇ ਹੈਗੇ ਨੇ ਉਹ ਉਹ ਆਈ ਹੈਗੀ ਆ ਉਹਦੇ ਵਿੱਚ ਕਮਾਲ ਦੀ ਗੱਲ ਇਹ ਹੈਗੀ ਹੈ ਵੀ ਇਸ ਸਾਲ ਦੇ ਅੰਦਰ ਕਿਉਂਕਿ ਇਹ ਸਾਲਾਨਾ ਰਿਪੋਰਟ ਤਾਂ ਇਹ ਇੱਕ ਸਾਲ ਦੇ ਅੰਦਰ ਅੰਦਰ 26 ਜਿਹੜੇ ਨਿਊ ਕਮਰਸ ਨੇ ਉਹ ਇਹਦੇ ਵਿੱਚ ਸ਼ਾਮਲ ਹੋਏ ਆ 26 ਨਵੇਂ ਅਰਬਪਤੀ ਇਸ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹ ਲੋਕ ਦੇਖ ਰਹੇ ਨੇ ਤਾਂ ਉਹਦੇ ਵਿੱਚ ਜਿਹੜੇ ਅਰਬਪਤੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਤਾਂ ਇਦੇ ਵਿੱਚ ਚੌਥੇ ਨੰਬਰ ਦੇ ਉੱਤੇ ਜਰਮਨੀ ਆ ਜਿਹਦੇ ਵਿੱਚ 134 ਅਰਬ ਪਤੀਆਂ ਜਿਆਦਾ ਨੋਟ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਰਸ਼ੀਆ ਦੇ ਵਿੱਚ ਜਿਹੜੇ 34 ਹੈਗੇ ਆ ਉਹਨਾਂ ਦੀ ਜਿਹੜੀ ਨੈਟ ਵਰਥ ਪਿਛਲੇ ਸਾਲ ਜੇ 584 ਬਿਲੀਅਨ ਸੀ ਤਾਂ ਉਹ ਇਸ ਵਾਰ ਜਿਹੜੀ ਯੂਕਰੇਨ ਯੰਗ ਆ ਉਹਦਾ ਕਰਕੇ ਘਟ ਕੇ 320 ਬਿਲੀਅਨ ਹੋ ਗਈ ਕਿਉਂਕਿ ਉੱਥੇ 89 ਜਿਹੜੇ ਵੱਡੇ ਅ ਅਰਬਪਤੀ ਨੇ ਉਹਨਾਂ ਦੀ 290 ਬਿਲੀਅਨ ਡਾਲਰ ਦੀ ਜਿਹੜੀ ਅਮਰੀਕਨ ਡਾਲਰ ਦੀ ਜਿਹੜੀ ਨੈਟਵਰਥ ਹੈਗੀ ਆ ਉਹ ਨੋਟ ਕੀਤੀ ਗਈ ਹੈ ਇਸ ਤੋਂ ਬਿਨਾ ਜਿਹੜੇ ਬਾਕੀ ਅ ਛੋਟੇ ਮੁਲਕ ਹੈਗੇ ਨੇ ਉਹਨਾਂ ਦੇ ਵੀ ਉਹਦੇ ਵਿੱਚ 2668 ਜਿਹੜੇ ਅਰਬਪਤੀ ਨੇ ਉਹਨਾਂ ਦਾ ਇੱਕ ਜ਼ਿਕਰ ਆਇਆ ਹੈਗਾ ਇਹਦੇ ਵਿੱਚੋਂ ਭਾਰਤ ਜਿਹੜਾ ਹੈਗਾ ਭਾਰਤ ਦੇ ਵਿੱਚ ਮੁਕੇਸ਼ ਅੰਬਾਨੀ ਅ 10ਵੇਂ ਨੰਬਰ ਤੇ ਨੇ 90.7 ਬਿਲੀਅਨ ਡਾਲਰ ਦੀ ਜਿਹੜੀ ਨੈਟਵਰਥ ਆ 11ਵੇਂ ਨੰਬਰ ਦੇ ਉੱਤੇ ਗੋਤਮਾ ਅਡਾਨੀ ਨੇ ਅਡਾਨੀ ਗਰੁੱਪ ਦੇ ਤੇ ਉਹਨਾਂ ਦੀ 90.4 ਬਿਲੀਅਨ ਡਾਲਰ ਜਿਹੜੀ ਨੈਟ ਵਰਥ ਹੈਗੀ ਆ ਉਹ ਨੋਟ ਕੀਤੀ। ਨੋਟ ਕੀਤਾ ਗਿਆ ਪਿਛਲੇ ਸਾਲ ਨਾਲੋਂ ਕਿ ਜਿਹੜੀ ਗਲੋਬਲ ਸਟਾਕ ਮਾਰਕੀਟ ਹੈਗੀ ਆ ਗਲੋਬਲ ਸਟਾਕ ਮਾਰਕੀਟ ਦੇ ਵਿੱਚ ਗਰਾਵਟਾਈ ਆ ਤੇ ਉਹਦੇ ਕਰਕੇ ਜਿਹੜੇ 12 ਟ੍ਰਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਇਹਨਾਂ ਅਰਬਪਤੀਆਂ ਨੂੰ ਘਾਟਾ ਪਿਆ ਤੇ ਇੰਨੀ ਇੰਨੀ ਬੇਸ਼ੁਮਾਰ ਦੌਲਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਸਾਡੀ ਜਿਹੜੀ ਦੌਲਤ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ। ਉਹ ਉਹਦੀ ਬਜਾਏ ਉਲਟਾ ਅਸਰ ਇਹ ਹੋਇਆ ਕਿ ਉਹ ਘਾਟਾ ਘਾਟੇ ਦੇ ਵਿੱਚ ਗਈਆਂ ਜਦਕਿ ਆਕਸਫਰਮ ਦੀ ਰਿਪੋਰਟ ਇਹ ਹੈਗੀ ਆ ਵੀ 700 ਬਿਲੀਅਨ ਤੋਂ ਲੈ ਕੇ 1.5 ਟ੍ਰਿਲੀਅਨ ਤੱਕ ਜਿਹੜੀ ਇਹਨਾਂ ਦੀ ਵੈਲਥ ਹੈਗੀ ਆ ਉਹਦੇ ਵਿੱਚ ਆਲਟੀਮੇਟਲੀ ਜਿਹੜਾ ਹੈਗਾ ਉਹ ਵਾਧਾ ਹੀ ਨੋਟ ਕੀਤਾ ਗਿਆ ਹੈਗਾ ਐਸ ਰਿਪੋਰਟ ਤੋਂ ਬਾਅਦ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਇਲਾਨ ਮਸਕ ਚਰਚਾ ਦੇ ਵਿੱਚ ਆ ਜਿਹਨੂੰ ਇਸ ਪਲੈਨੇਟ ਦਾ ਸਭ ਤੋਂ ਜਿਹੜਾ ਸੁਪਰ ਰਿਚ ਵਿਅਕਤੀ ਮੰਨਿਆ ਜਾਂਦਾ ਤੇ ਉਹਦੀ ਜਿਹੜੀ ਨੈਟ ਵਰਥ ਹੈਗੀ ਉਹ 219 ਬਿਲੀਅਨ ਅਮਰੀਕਨ ਡਾਲਰ ਦੀ ਆ ਤੇ ਉਹ ਇਹਨਾਂ ਦਿਨਾਂ ਦੇ ਦੌਰਾਨੇ ਵੀ ਚਰਚਾ ਦੇ ਵਿੱਚ ਆਇਆ ਹੈਗਾ ਬੀਟਰ ਦੇ ਉੱਤੇ ਉਹਨੇ ਉਹਦੇ ਵਿੱਚ 9.2 ਪਰਸੈਂਟ ਦਾ ਜਿਹੜਾ ਸ਼ੇਅਰ ਆ ਤਾਂ ਉਹ ਖਰੀਦੇ ਹੈਗੇ ਇਹ ਸਾਰੇ ਦੇ ਦੌਰਾਨ ਉਹਦੀ ਚਰਚਾ ਇਹ ਵੀ ਹੈ ਵੀ ਜਿਹੜਾ ਅਮਰੀਕਾ ਅਮਰੀਕਾ ਉਹਨੂੰ ਇੱਕ ਨਾਇਕ ਦੇ ਤੌਰ ਦੇ ਉੱਤੇ ਉਭਾਰ ਰਿਹਾ ਹੈਗਾ ਤੇ ਉਹ ਇਹ ਦੁਨੀਆ ਦੇ ਵਿੱਚ ਵੱਡੇ ਮੁਲਕਾਂ ਦੇ ਨਾਲ ਮੁਕਾਬਲੇਬਾਜ਼ੀ ਦੇ ਵਿੱਚੋਂ ਜਿਹੜੇ ਇਹ ਪੂੰਜੀਪਤੀ ਨੇ ਜਿਹੜੇ ਤੇਲ ਤੇ ਕੋਲਾ ਤੇ ਜਿਹੜਾ ਹੈਗਾ ਉਹਦੇ ਉਹਦੇ ਉਹਦੀ ਬਜਾਏ ਜਿਹੜੀ ਅਲਟਰਨੇਟਿਵ એનર્ਜੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰੋਨਿਕ ਕਾਰਾਂ ਦਾ ਜਾਂ ਪਲਾੜ ਯਾਤਰਾ ਨੂੰ ਲੈ ਕੇ ਸਪੇਸਐਕਸ ਨੂੰ ਲੈ ਕੇ ਉਹਨੂੰ ਵੱਡੇ ਪੱਧਰ ਦੇ ਉੱਤੇ ਉਭਾਰਨ ਦੇ ਵਿੱਚ ਅਮਰੀਕਨ ਮੀਡੀਆ ਦਾ ਤੇ ਅਮਰੀਕਨ ਪੂਰੇ ਪ੍ਰਸ਼ਾਸਨਿਕ ਢਾਂਚੇ ਦਾ ਇੱਕ ਯੋਗਦਾਨ ਹੈਗਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਵੀ ਆਇਆ ਹੋਵੇ ਓਬਾਮਾ ਤੋਂ ਲੈ ਕੇ ਜਿਹੜੇ ਵੀ ਵੱਖ-ਵੱਖ ਤਰ੍ਹਾਂ ਦੇ ਰਾਸ਼ਟਰਪਤੀ ਆ ਹੈਗੇ ਨੇ ਚਾਹੇ ਉਹ 트럼ਪ ਹੋਵੇ ਉਹ ਸਾਰੇ ਉਹਨੂੰ ਵੱਡੀ ਪੱਧਰ ਤੇ ਉੱਤੇ ਉਹਨਾਂ ਨੇ ਸਬਸਿਡੀਆਂ ਵੀ ਦਿੱਤੀਆਂ ਹੈਗੀਆਂ ਤੇ ਉਹ ਜਿਹੜਾ ਅਮਰੀਕਨ ਲੋਕਾਂ ਦਾ ਜਾਂ ਦੁਨੀਆ ਭਰ ਦੇ ਵਿੱਚੋਂ ਲੁੱਟਿਆ ਦਾ ਪੈਸਾ ਇਕੱਠਾ ਕੀਤਾ ਹੈਗਾ ਉਹ ਇੰਨਾ ਇੰਨਾ ਵੱਡੇ ਪੂੰਜੀਪਤੀਆਂ ਦੀਆਂ ਜੇਬਾਂ ਭਰਨ ਦੇ ਵਿੱਚ ਉਹਨਾਂ ਨੇ ਲਾਇਆ ਤੋਂ ਬਿਨਾ ਇਹ ਜਿਹੜੇ ਵੱਡੇ ਪੂੰਜੀਪਤੀ ਹੈਗੇ ਤੇ ਜਿਹੜੇ ਵੱਡੇ ਸਾਮਰਾਜੀ ਮੁਲਕ ਹੈਗੇ ਆ ਇਹ ਆਪਦੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਇਹ ਇੰਨਾ ਇੰਨਾ ਇਹਨਾਂ ਨੂੰ ਬੜਾਵਾ ਦੇਣ ਦੇ ਲਈ ਦੁਨੀਆ ਭਰ ਦੇ ਵਿੱਚ ਜਿਹੜੇ ਫੀਨੋਮੈਨੇ ਨਵੇਂ ਉੱਭਰ ਰਹੇ ਹੈਗੇ ਆ ਕ੍ਰਿਪਟੋ ਕਰੰਸੀ ਬਿਟਕੋਇਨ ਜਿਹੜੇ ਡਾਲਰ ਨੂੰ ਵੱਡਾ ਚੈਲੰਜ ਬਣ ਰਹੇ ਹੈਗੇ ਤੇ ਉਹਦੇ ਵਿੱਚੋਂ ਆ ਜੀਓਪੋਲਿਟিক্যাল ਤੌਰ ਦੇ ਉੱਤੇ ਤੇ ਵਰਲਡ ਟ੍ਰੇਡ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਅਮਰੀਕਾ ਉਹ ਲਗਾਤਾਰ ਡਾਲਰ ਨੂੰ ਇੱਕ ਹਥਿਆਰ ਦੇ ਵਜੋਂ ਵਰਤਦਾ ਹੀ ਆਇਆ ਤੇ ਇਸ ਕਰਕੇ ਉਹ ਜੰਗਾਂ ਦੇ ਰੂਪ ਦੇ ਵਿੱਚ ਇਹਨਾਂ ਵੱਡੇ ਜਿਹੜੇ ਪੂੰਜੀਪਤੀਆਂ ਨੂੰ ਮੁਨਾਫੇ ਦੇਣ ਦੇ ਲਈ ਤੇ ਦੂਜੇ ਮੁਲਕਾਂ ਦੇ ਵਪਾਰ ਨੂੰ ਤੇ ਉਹਨੂੰ ਢਾਹ ਲਾਉਣ ਦੇ ਲਈ ਜਿਹੜੀ ਸਾਮਰਾਜੀ ਇੱਕ جنگ ਲਗਾਤਾਰ ਸੁਪਰ ਪਾਵਰ ਵਜੋਂ ਚੱਲਦੀ ਹੈਗੀ ਆ ਅੰਤੋਂ ਉਹ ਉਹਦੀ ਤਬਾਹੀ ਦੇ ਸਿੱਟੇ ਜਿਹੜੇ ਹੈਗੇ ਉਹ ਆਮ ਲੋਕਾਂ ਨੂੰ ਭੁਗਤਨੇ ਪੈਂਦੇ ਆ ਆਪਾਂ ਦੇਖਿਆ ਹੈਗਾ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਅ ਤੇਲ ਹੈਗਾ ਤੇਲ ਨੂੰ ਇੱਕ ਤਰ੍ਹਾਂ ਨਾਲ ਉਹ ਜਿਹੜਾ ਡਿਪਲੋਮੈਟਿਕ ਤੇ ਜਿਹੜਾ ਪੋਲਿਟੀਕਲ ਵੈਪਨ ਦੇ ਤੌਰ ਦੇ ਉੱਤੇ ਤੇਲ ਤੇਲ ਨੂੰ ਵਰਤਦੇ ਆਉਂਦੇ ਹੈਗੇ ਲਗਾਤਾਰ ਜਿਹੜੇ ਵੱਡੇ ਸਾਮਰਾਜੀ ਮੁਲਕ ਹੈਗੇ ਨੇ ਸਾਰੀ ਗੱਲ ਦੇ ਵਿੱਚ ਇੱਕ ਗੱਲ ਜਿਹੜੀ ਸਾਹਮਣੇ ਆਉਂਦੀ ਹੈਗੀ ਉਹ ਹੈਗੀ ਆ ਵੀ ਜਿਹੜਾ ਜਿਹੜੇ ਆਰਥਿਕ ਸੰਕਟ ਹੈਗੇ ਨੇ ਮਹਿੰਗਾਈ ਹੈਗੀ ਆ ਜੰਗਾਂ ਨੇ ਇਸ ਤੋਂ ਬਿਨਾ ਜਿਹੜਾ ਕਰੋਨਾ ਦਾ ਸੰਕਟ ਆਇਆ ਹੈਗਾ ਪਿਛਲੇ ਦਿਨਾਂ ਦੇ ਦੌਰਾਨ ਇਹ ਲੋਕਾਂ ਲਈ ਕਿਆਮਤ ਤੇ ਇਹਨਾਂ ਵੱਡੇ ਸਾਮਰਾਜੀ ਮੁਲਕਾਂ ਦੇ ਲਈ ਇਹਨਾਂ ਦੇ ਵੱਡੇ ਪੂੰਜੀਪਤੀਆਂ ਦੇ ਲਈ ਇੱਕ ਤਰ੍ਹਾਂ ਦਾ ਨਿਯਾਮਤ ਬਣ ਕੇ ਸਾਹਮਣੇ ਆਇਆ। ਇਸ ਸਮੇਂ ਦੇ ਵਿੱਚੋਂ ਅ ਬੜੀ ਤੇਜ਼ੀ ਦੇ ਨਾਲ ਜਿਹੜਾ ਗੌਤਮ ਅਡਾਨੀ ਆ ਉਹਨੇ ਵੱਡਾ ਇੱਕ ਆਪ ਦਾ ਜਿਹੜਾ ਪੂੰਜੀ ਦਾ ਸਾਮਰਾਜ ਖੜਾ ਕੀਤਾ ਜਿਹਦੇ ਵਿੱਚੋਂ ਸੱਤਾ ਦੀ ਭਾਈ ਵਾਲੀ ਦੇ ਨਾਲ ਮਿਲ ਕੇ ਕੀਤਾ ਹੈਗਾ ਤਾਂ ਇਹ ਜੀ ਹਾਲਤ ਦੇ ਵਿੱਚ ਜਦੋਂ ਆਪਾਂ ਇੱਕ ਗੈਰ ਬਰਾਬਰਤਾ ਜਿਹੜੀ ਆਰਥਿਕ ਗੈਰ ਬਰਾਬਰਤਾ ਹੈਗੀ ਆ ਉਹ ਸਾਫ ਸਾਫ ਦੇਖਣ ਨੂੰ ਮਿਲਦੀ ਹੈਗੀ ਵੀ ਇਹ ਇਨਾਂ ਪੂੰਜੀ ਪੱਤੀਆਂ ਦੇ ਵੱਧ ਮੁਨਾਫਿਆਂ ਦੇ ਲਈ ਇਨਾਂ ਦੀਆਂ ਕੰਪਨੀਆਂ ਦੇ ਵੱਧ ਮੁਨਾਫਿਆਂ ਦੇ ਲਈ ਜਿੱਥੇ ਦੇਸ਼ ਦੇ ਜਿਹੜੇ ਕੁਦਰਤੀ ਸਾਧਨ ਨੇ ਖਣਿਜ ਪਦਾਰਥ ਨੇ ਉਹਨਾਂ ਦੀ ਲੁੱਟ ਕੌਡੀਆਂ ਦੇ ਭਾਅ ਇਹਨਾਂ ਨੂੰ ਵੇਚੇ ਜਾਂਦੇ ਨੇ ਤੇ ਉੱਥੇ ਜਾਂਦੀ ਇਹ ਕੰਪਨੀਆਂ ਜਿਹੜੀਆਂ ਹੈਗੀਆਂ ਦੁਨੀਆ ਭਰ ਦੇ ਵਿੱਚ ਇੱਕ ਜੇ ਆਪਦਾ ਕੋਈ ਇੱਕ ਵੱਡਾ ਸਾਮਰਾਜ ਖੜਾ ਕਰਦੀਆਂ ਉਹਦੇ ਪਿੱਛੇ ਕਿਰਤੀ ਕਾਮਿਆਂ ਦੀਆਂ ਇਹਨਾਂ ਇਹਨਾਂ ਦੀਆਂ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੱਡੀ ਪੱਧਰ ਦੇ ਉੱਤੇ ਲੁੱਟ ਕਰਕੇ ਉਹਨਾਂ ਦੀ ਕਿਰਤ ਨੂੰ ਲੁੱਟ ਕਰਕੇ ਇਹਨਾਂ ਦਾ ਸਾਮਰਾਜ ਜਿਹੜਾ ਹੈਗਾ ਉਹਦੇ ਸਿਰ ਤੇ ਖੜਾ ਤਾਂ ਇਸ ਤਰ੍ਹਾਂ ਜਿਹੜੇ ਦੁਨੀਆ ਦੇ ਸਾਮਰਾਜੀ ਤੇ سرمایہਦਾਰੀ ਮੌਲਕ سرمایہਦਾਰ ਮੌਲਕ ਹੈਗੇ ਨੇ ਉਹ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਮਹਿੰਗਾਈ ਬੇਰੋਜ਼ਗਾਰੀ ਗਰੀਬੀ ਇਹ ਇਹ ਸਾਰਾ ਜਿਹੜਾ ਹੈਗਾ ਸੰਕਟ ਆ ਉਹਦੇ ਵਿੱਚ ਤੱਕ ਰਹੇ ਨੇ ਵਾਤਾਵਰਣ ਦਾ ਵੱਡਾ ਸੰਕਟ ਖੜਾ ਕਰ ਰਹੇ ਨੇ ਜੰਗਾਂ ਲਾ ਰਹੇ ਨੇ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਯੂਕਰੇਨ ਦੇ ਅੰਦਰ ਜਿਹਨੂੰ ਬ੍ਰੈਡ ਬਾਸਕਟ ਕਿਹਾ ਜਾਂਦਾ ਉੱਥੇ ਲੋਕ ਲੋਕਾਂ ਨੂੰ ਉਹ ਖਾਣੇ ਖਾਣ ਉਹਨੂੰ ਭੋਜਨ ਤੋਂ ਵੀ ਮਥਾਜ ਨਹੀਂ ਤੇ ਸੇਮ ਇਸੇ ਤਰ੍ਹਾਂ ਜਿਵੇਂ 1973 ਦੇ ਵਿੱਚ ਜਦੋਂ ਚਿੱਲੀ ਦੇ ਵਿੱਚ ਰਾਜ ਪਲਟਾ ਕਰਾਇਆ ਸੀ ਤਾਂ ਉਸ ਵਕਤ ਜਿਹੜਾ ਚਿੱਲੀ ਹੈ ਜਿਹਨੂੰ ਤਾਂ ਬਾ ਸਮਰਾਟ ਕਿਹਾ ਜਾਂਦਾ ਉੱਥੇ ਤਾਂਬਾ ਸਸਤਾ ਤੇ ਭੋਜਨ ਮਹਿੰਗਾ ਸੀ ਤਾਂ ਇਹ ਹਾਲਤ ਜਿਹੜੀ ਹੈਗੀ ਹੈ ਜੇ ਲੋਕਾਂ ਨੂੰ ਦਿੱਤੀ ਹੈਗੀ ਆ ਤਾਂ ਉਹ ਇਹਨਾਂ ਸਾਮਰਾਜੀ ਮੁਲਕਾਂ ਨੇ ਦਿੱਤੀ ਹੈ ਤੇ ਇਹਨਾਂ ਸਾਮਰਾਜੀ ਮੁਲਕਾਂ ਦੀ ਦੁਨੀਆ ਭਰ ਦੇ ਲੋਕਾਂ ਨੂੰ ਲੁੱਟਣ ਦੇ ਲਈ ਇਕਜੁੱਟਤਾ ਹੈਗੀ ਆ ਏਕਤਾ ਹੈਗੀ ਆ ਪਰ ਉਹ ਨੁੱਟਦਾ ਜਿਹੜਾ ਮਾਲ ਆ ਉਹਨੂੰ ਵੰਡਣ ਦੇ ਲਈ ਇਹਨਾਂ ਦੇ ਵਿੱਚ ਆਪਸੀ ਲੜਾਈ ਹੈਗੀ ਆ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਰਿਪੋਰਟ ਆ ਇਹ ਦਿਖਾਉਂਦੀ ਹੈਗੀ ਆ ਵੀ ਇੱਕ ਪਾਸੇ ਮਨੁੱਖਤਾ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਘੋਰ ਗੁਰਬਤ ਦੇ ਵਿੱਚ ਰਹਿ ਰਿਹਾ ਤੇ ਇੱਕ ਪਾਸੇ ਉਹ ਅ ਅਮੀਰ ਸ਼ਾਹ ਹੈਗੇ ਆ 올ਿਗਾਰਕ ਹੈਗੇ ਆ ਜਾਂ ਵੱਡੇ ਪੂੰਜੀਪਤੀ ਹੈਗੇ ਆ ਜਿਹੜੇ ਕੀ ਪੁਲਾੜ ਦੇ ਉੱਤੇ ਜਾ ਕੇ ਕਲੋਨੀਆਂ ਕੱਟਣ ਦੇ ਸੁਪਨੇ ਲੋਕਾਂ ਨੂੰ ਵੇਚ ਰਹੇ ਆ ਸੋ ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਦੁਨੀਆ ਦੇ ਚੰਦਕ ਜਿਹੜੇ ਵੱਡੇ ਪੂੰਜੀਪਤੀ ਨੇ ਉਹ ਦੁਨੀਆ ਭਰ ਦੇ ਲੋਕਾਂ ਦੀ ਕਿਰਤ ਦੁਨੀਆ ਭਰ ਦੇ ਲੋਕਾਂ ਦਾ ਜਿਹੜਾ ਕੁਦਰਤੀ ਖਣਿਜ ਪਦਾਰਥ ਜਿਹੜੇ ਸਾਧਨ ਹੈਗੇ ਨੇ ਉਹਦੇ ਉੱਤੇ ਕਾਬਜ ਨੇ ਉਹਦੀ ਲੁੱਟ ਕਰ ਰਹੇ ਨੇ ਤੇ ਇਹ ਜਿਹੜੀਆਂ ਵੱਖ-ਵੱਖ ਲੋਕਤੰਤਰੀ ਲਵਾਦੇ ਦੇ ਹੇਠ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਤਾਂ ਇਹਦੇ ਉੱਤੇ ਪਰਦਾ ਪੋਸ਼ੀ ਕਰਨ ਦੇ ਲਈ ਇਸ ਲੁੱਟ ਦੇ ਤੰਤਰ ਨੂੰ ਚੱਲਦਾ ਰੱਖਣ ਦੇ ਲਈ ਉਹਨਾਂ ਦਾ ਸਾਥ ਦੇ ਰਹੇ ਨੇ ਇਹ ਉਹ ਉਹਨਾਂ ਨੂੰ ਇੱਕ ਸ਼ੈਲਟਰ ਜਿਹੜਾ ਹੈਗਾ ਉਹ ਦੇ ਰਹੇ ਨੇ ਇਸ ਕਰਕੇ ਲੋਕਾਂ ਨੂੰ ਇਹ ਹਕੀਕਤ ਨੂੰ ਸਮਝਣਾ ਚਾਹੀਦਾ ਹੈਗਾ ਵੀ ਇਸ ਪ੍ਰਬੰਧ ਦੇ ਅੰਦਰ ਉਹਨਾਂ ਦੀ ਮੁਕਤੀ ਨਹੀਂ ਹੋਣ ਵਾਲੀ ਇਹ ਪ੍ਰਬੰਧ ਜਿਹੜਾ ਹੈਗਾ ਗੈਰ ਬਰਾਬਰੀ ਦੇ ਉੱਤੇ ਤੇ ਲੁੱਟ ਦੇ ਉੱਤੇ ਤੇ ਜ਼ਬਰ ਦੇ ਉੱਤੇ ਟਿਕਿਆ ਹੋਇਆ ਪ੍ਰਬੰਧ ਆ